ਤਾਂ ਗਵਾਂਢੀ ਮਾਰਦੇ ਰਹੇ ਝਾੜੂ, ਚੋਰ ਕੰਧਾਂ ਟੱਪ ਕੇ ਕਰ ਗਏ ਘਰ ਸਾਫ। ਇੱਕ ਹਫ਼ਤੇ 'ਚ ਕਈ ਚੋਰੀਆਂ, ਅਲੱਗ ਅਲੱਗ ਥਾਂ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ। ਪੁਲਿਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਐਸੀਆਂ ਜਿਸ ਦੇ ਵਿੱਚ ਇੱਕ ਤਾਂ ਸ਼ਖਸ ਗੁਆਂਢ ਦੇ ਵਿੱਚ ਝਾੜੂ ਲਾ ਰਿਹਾ ਹੁੰਦਾ ਹੈ, ਅਤੇ ਦੇਖੋ ਕਿਵੇਂ ਕੰਧ ਟੱਪ ਕੇ ਚੋਰ ਘਰ ਦੇ ਪਹਿਲਾਂ ਅੰਦਰ ਜਾਂਦਾ ਹੈ, ਫਿਰ ਬਾਹਰ ਆਉਂਦਾ ਹੈ। ਪਰ ਇਸ ਸ਼ਖਸ ਨੂੰ ਪਤਾ ਵੀ ਨਹੀਂ ਚੱਲਦਾ ਕਿ ਚੋਰ ਚੋਰੀ ਕਦੋਂ ਕਰ ਗਿਆ। ਘਰ ਬੰਦ ਹੁੰਦੇ ਨੇ ਕਈ ਵਾਰ, ਕਈ ਵਾਰ ਤਾਂ ਲੋਕਾਂ ਦੇ ਮੌਜੂਦਗੀ ਦੇ ਵਿੱਚ ਵੀ ਇਹ ਚੋਰੀਆਂ ਹੋਈਆਂ ਨੇ, ਕਿਉਂਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਕਦੇ ਦਿਨ ਦਿਹਾੜੇ ਚੋਰੀ ਹੋ ਰਹੀ ਹੈ ਅਤੇ ਕਦੇ ਰਾਤ ਵੇਲੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਦੇ ਫੇਸ 2 ਦੀਆਂ, ਜਿੱਥੇ ਘਰਾਂ ਦੇ ਵਿੱਚ ਲੱਖਾਂ ਦੇ ਗਹਿਣੇ ਅਤੇ ਕੈਸ਼ ਚੋਰੀ ਹੋਇਆ ਹੈ। ਪਿਛਲੇ ਇੱਕ ਹਫ਼ਤੇ ਦੇ ਅੰਦਰ 3 ਘਰਾਂ ਦੇ ਵਿੱਚ ਚੋਰੀ ਹੋ ਚੁੱਕੀ ਹੈ, ਫੇਸ 2 ਦੇ ਅੰਦਰ ਹੀ। ਫਿਰ ਵੀ ਪੁਲਿਸ ਦੇ ਵੱਲੋਂ ਪੈਰਾਂ ਨਹੀਂ ਵਧਾਇਆ ਗਿਆ। 3 ਘਰਾਂ ਦੇ ਚੋਰੀ ਹੋਣ ਤੋਂ ਬਾਵਜੂਦ ਜਦ ਪੁਲਿਸ ਮੌਕੇ 'ਤੇ ਪਹੁੰਚਦੀ ਹੈ ਤਾਂ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਦਾ। ਕਹਿ ਸਕਦੇ ਹੋ ਤੁਸੀਂ ਕਿ ਪੁਲਿਸ ਬੇਬਸ ਨਜ਼ਰ ਆ ਰਹੀ ਹੈ। ਹੁਣ ਤੱਕ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ ਹੈ, ਕਿਉਂਕਿ ਨਿਊਜ਼ 18 ਦੇ ਕੋਲ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। 3 ਸੀਸੀਟੀਵੀ ਤਸਵੀਰਾਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਹੇ ਹਾਂ, ਜਿਸ ਦੇ ਵਿੱਚ ਦੇਖੋ ਕਿ ਚੋਰ ਦਿਨ ਦਿਹਾੜੇ ਅਤੇ ਰਾਤ ਦੇ ਵਿੱਚ ਕਿਵੇਂ ਚੋਰੀ ਕਰਕੇ ਫਿਰ ਹੋ ਜਾਂਦੇ ਨੇ ਅਤੇ ਪੁਲਿਸ ਨੂੰ ਕੋਈ ਸੁਰਾਗ ਵੀ ਨਹੀਂ ਮਿਲਦਾ। ਇਹ ਤਾਂ ਹੁਣ ਪੁਲਿਸ ਦੀ ਅਣਖ 'ਤੇ ਗੱਲ ਆ ਗਈ ਹੈ। ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰਨਾ ਪਵੇਗਾ, ਕਿਉਂਕਿ ਇੱਕੋ ਇਲਾਕੇ ਦੇ ਇੱਕ ਹਫ਼ਤੇ ਦੇ ਅੰਦਰ 3 ਘਰਾਂ ਨੂੰ ਨਿਸ਼ਾਨਾ ਬਣਾਇਆ ਇਹਨਾਂ ਚੋਰਾਂ ਨੇ। ਤਾਂ ਗੁਆਂਢ ਦੇ ਵਿੱਚ ਇੱਕ ਸ਼ਖਸ ਝਾੜੂ ਮਾਰ ਰਿਹਾ ਹੁੰਦਾ ਹੈ, ਉਸਦੀਆਂ ਅੱਖਾਂ ਸਾਹਮਣੇ ਹੀ ਦੇਖੋ ਚੋਰ ਕਿਵੇਂ ਚੋਰੀ ਕਰਕੇ ਭੱਜ ਜਾਂਦਾ ਹੈ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਅਤੇ ਪੁਲਿਸ ਦੇ ਉਹਨਾਂ ਆਲਾ ਅਧਿਕਾਰੀਆਂ ਤੱਕ ਪਹੁੰਚਾਓ ਜਿਹੜੇ ਦਾਅਵਾ ਕਰਦੇ ਨੇ ਕਿ ਉਹਨਾਂ ਦੀ ਪੈਟਰੋਲਿੰਗ ਦੇ ਚੱਲਦਿਆਂ ਮੁਹੱਲੇ ਦੇ ਵਿੱਚ, ਇਲਾਕੇ ਦੇ ਵਿੱਚ ਚੋਰੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਂ ਗੁਆਂਢੀ ਮਾਰਦੇ ਰਹੇ ਝਾੜੂ, ਚੋਰ ਕੰਧਾਂ ਟੱਪ ਕੇ ਕਰ ਗਏ ਘਰ ਸਾਫ। ਇੱਕ ਹਫ਼ਤੇ 'ਚ ਕਈ ਚੋਰੀਆਂ, ਅਲੱਗ ਅਲੱਗ ਥਾਂ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ। ਪੁਲਿਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਐਸੀਆਂ ਜਿਸ ਦੇ ਵਿੱਚ ਇੱਕ ਤਾਂ ਸ਼ਖਸ ਗੁਆਂਢ ਦੇ ਵਿੱਚ ਝਾੜੂ ਲਾ ਰਿਹਾ ਹੁੰਦਾ ਹੈ, ਅਤੇ ਦੇਖੋ ਕਿਵੇਂ ਕੰਧ ਟੱਪ ਕੇ ਚੋਰ ਘਰ ਦੇ ਪਹਿਲਾਂ ਅੰਦਰ ਜਾਂਦਾ ਹੈ, ਫਿਰ ਬਾਹਰ ਆਉਂਦਾ ਹੈ। ਪਰ ਇਸ ਸ਼ਖਸ ਨੂੰ ਪਤਾ ਵੀ ਨਹੀਂ ਚੱਲਦਾ ਕਿ ਚੋਰ ਚੋਰੀ ਕਦੋਂ ਕਰ ਗਿਆ। ਘਰ ਬੰਦ ਹੁੰਦੇ ਨੇ ਕਈ ਵਾਰ, ਕਈ ਵਾਰ ਤਾਂ ਲੋਕਾਂ ਦੇ ਮੌਜੂਦਗੀ ਦੇ ਵਿੱਚ ਵੀ ਇਹ ਚੋਰੀਆਂ ਹੋਈਆਂ ਨੇ, ਕਿਉਂਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਕਦੇ ਦਿਨ ਦਿਹਾੜੇ ਚੋਰੀ ਹੋ ਰਹੀ ਹੈ ਅਤੇ ਕਦੇ ਰਾਤ ਵੇਲੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਦੇ ਫੇਸ 2 ਦੀਆਂ, ਜਿੱਥੇ ਘਰਾਂ ਦੇ ਵਿੱਚ ਲੱਖਾਂ ਦੇ ਗਹਿਣੇ ਅਤੇ ਕੈਸ਼ ਚੋਰੀ ਹੋਇਆ ਹੈ। ਪਿਛਲੇ ਇੱਕ ਹਫ਼ਤੇ ਦੇ ਅੰਦਰ 3 ਘਰਾਂ ਦੇ ਵਿੱਚ ਚੋਰੀ ਹੋ ਚੁੱਕੀ ਹੈ, ਫੇਸ 2 ਦੇ ਅੰਦਰ ਹੀ। ਫਿਰ ਵੀ ਪੁਲਿਸ ਦੇ ਵੱਲੋਂ ਪੈਰਾਂ ਨਹੀਂ ਵਧਾਇਆ ਗਿਆ। 3 ਘਰਾਂ ਦੇ ਚੋਰੀ ਹੋਣ ਤੋਂ ਬਾਵਜੂਦ ਜਦ ਪੁਲਿਸ ਮੌਕੇ 'ਤੇ ਪਹੁੰਚਦੀ ਹੈ ਤਾਂ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਦਾ। ਕਹਿ ਸਕਦੇ ਹੋ ਤੁਸੀਂ ਕਿ ਪੁਲਿਸ ਬੇਬਸ ਨਜ਼ਰ ਆ ਰਹੀ ਹੈ। ਹੁਣ ਤੱਕ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ ਹੈ, ਕਿਉਂਕਿ ਨਿਊਜ਼ 18 ਦੇ ਕੋਲ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। 3 ਸੀਸੀਟੀਵੀ ਤਸਵੀਰਾਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਹੇ ਹਾਂ, ਜਿਸ ਦੇ ਵਿੱਚ ਦੇਖੋ ਕਿ ਚੋਰ ਦਿਨ ਦਿਹਾੜੇ ਅਤੇ ਰਾਤ ਦੇ ਵਿੱਚ ਕਿਵੇਂ ਚੋਰੀ ਕਰਕੇ ਫਿਰ ਹੋ ਜਾਂਦੇ ਨੇ ਅਤੇ ਪੁਲਿਸ ਨੂੰ ਕੋਈ ਸੁਰਾਗ ਵੀ ਨਹੀਂ ਮਿਲਦਾ। ਇਹ ਤਾਂ ਹੁਣ ਪੁਲਿਸ ਦੀ ਅਣਖ 'ਤੇ ਗੱਲ ਆ ਗਈ ਹੈ। ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰਨਾ ਪਵੇਗਾ, ਕਿਉਂਕਿ ਇੱਕੋ ਇਲਾਕੇ ਦੇ ਇੱਕ ਹਫ਼ਤੇ ਦੇ ਅੰਦਰ 3 ਘਰਾਂ ਨੂੰ ਨਿਸ਼ਾਨਾ ਬਣਾਇਆ ਇਹਨਾਂ ਚੋਰਾਂ ਨੇ। ਤਾਂ ਗੁਆਂਢ ਦੇ ਵਿੱਚ ਇੱਕ ਸ਼ਖਸ ਝਾੜੂ ਮਾਰ ਰਿਹਾ ਹੁੰਦਾ ਹੈ, ਉਸਦੀਆਂ ਅੱਖਾਂ ਸਾਹਮਣੇ ਹੀ ਦੇਖੋ ਚੋਰ ਕਿਵੇਂ ਚੋਰੀ ਕਰਕੇ ਭੱਜ ਜਾਂਦਾ ਹੈ। ਤਾਂ ਵੱਧ ਤੋਂ ਵੱਧ ਇਸ
ਖਬਰ ਨੂੰ ਸ਼ੇਅਰ ਕਰੋ ਅਤੇ ਪੁਲਿਸ ਦੇ ਉਹਨਾਂ ਆਲਾ ਅਧਿਕਾਰੀਆਂ ਤੱਕ ਪਹੁੰਚਾਓ ਜਿਹੜੇ ਦਾਅਵਾ ਕਰਦੇ ਨੇ ਕਿ ਉਹਨਾਂ ਦੀ ਪੈਟਰੋਲਿੰਗ ਦੇ ਚੱਲਦਿਆਂ ਮੁਹੱਲੇ ਦੇ ਵਿੱਚ ਇਲਾਕੇ ਦੇ ਵਿੱਚ ਚੋਰੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।